जी दैनिक सवेरा टीवी देख रहे हो, रुपिंदर कौर रूबी साडे नाल ने गलबात करना। रूबी जी, मानसून शुरू हो गया, हार दे कारणां दा पता लगाने दी कोशिश की जा रही है, कितना देखते हो, की कुछ फीडबैक दे के आए हो? देखो जो कुछ भी सानू कमियां महसूस हुई क्योंकि सारे ने अपने अपने हल्के बारे दस्या तो ओदे बारे दस्या कि अपने इत्थे कमियां सी वी आपां वैसे तो वह आप ही बहुत सूझवान ने साडे लीडर साहिबान तो क्योंकि साडा भी फर्ज बनता कि असीं दसीए कि कित्थे कित्थे कमी रही है और क्यों रही है, क्यों वोट उधर शिफ्ट की है दूसरी पार्टी च, तो असीं उह दस्सेगा तो अगे तो कोई गल नहीं हुंदा ही रहिंदा है। महसूस कर रहे हो जिस पार्टी नूं छड्ड के आए सी अजोही पार्टी सत्ता दे विच आ गई है और सरकार बनाई प्रचंड बहुमत मिलिया उसनूं, अज महसूस कर रहे हो कि हाँ गलती नहीं? नहीं देखो मैं तो पहला तो उन्होंने बधाई दिनी है, पांच साल की खेड है, ये PCS जुडिशरी का पेपर नहीं कि एक बार जज बन गया हमेशा ही बंदा जज रहूगा, नहीं ये IAS का पेपर है कि एक बार DC बन गया तो बंदा DC रहूगा, पांच साल की खेड है, चलता रहता जिथे स्टैंड लै लिया लै लिया, कांग्रेस पार्टी ना खड़े सी खड़े हाँ खड़े रहेंगे कुछ भी हो जाए कांग्रेस पार्टी ना, क्योंकि मैं धन्यवादी हाँ कि एक आम घर की लड़की श्रीमती सोनिया गांधी जी ने, राहुल गांधी जी ने, श्रीमती प्रियंका गांधी जी ने टिकट दिती, अगर ना भी देंदे तो मैं की कर लेंदी, मैं तो बहुत धन्यवादी कि मैंने टिकट दिती है और स्टैंड अज आम आदमी पार्टी सरकार आई है, पांच साल की खेड है, कल नू कांग्रेस की आ गई फिर कांग्रेस दी देखो थोनू हुणे पता चल जाना तीन वैसे तो चलो ठीक है हजे आपां सौ चकनी उन्होंने हजे काम करना आपां नू फिर ही बोलना चाहिए पर सोशल मीडिया ते तीन दिनां दे विच तुसी ਜਿਹੜਾ ਬਦਲਾਅ ਸੀ ਉਹਦੇ ਰੁਝਾਨ ਤੁਸੀਂ ਦੇਖ ਹੀ ਲਏ, ਅਸੀਂ ਤਾਂ ਕੁਛ ਨਹੀਂ ਨਾ ਕਹਿ ਰਹੇ, ਉਹਨਾਂ ਦੇ MLA ਕਿਵੇਂ ਬੋਲ ਰਹੇ ਮੁਲਾਜ਼ਮਾਂ ਨੂੰ ਕਿ ਮੈਂ ਤੇਰੇ ਚਪੇੜ ਮਾਰੂੰਗੀ, ਤੂੰ ਬਹਿਸ ਕਰਦਾ ਤੇਰੀ ਜ਼ੁਬਾਨ ਕੱਟ ਦੂੰਗੀ ਮੈਂ, ਔਰ ਕੋਈ MLA ਬੋਲ ਰਿਹਾ ਤੈਨੂੰ ਪੁੱਠੇ ਟੰਗ ਦਾਂਗੇ, ਔਰ ਦੇਖ ਲਓ ਕਿੰਨਾ ਖਰਚਾ ਸਹੁੰ ਚੱਕ ਸਮਾਗਮ 'ਤੇ, ਹਾਲਾਂਕਿ ਜਦੋਂ ਪਹਿਲਾਂ ਸਰਕਾਰਾਂ ਬਣਦੀਆਂ ਸੀ ਤਾਂ ਰਾਜ ਭਵਨ 'ਚ ਬਿਨਾਂ ਖਰਚੇ ਤੋਂ ਹੋ ਜਾਂਦਾ ਸੀ, ਤਾਂ ਤਿੰਨ ਦਿਨਾਂ ਦੇ ਵਿੱਚ ਹੀ ਰੁਝਾਨ ਆਉਣੇ ਸ਼ੁਰੂ ਹੋ ਗਏ ਬਦਲਾਅ, ਠੀਕ ਹੈ ਲੋਕਾਂ ਨੂੰ ਇੱਕ ਬਦਲਾਅ ਚਾਹੀਦਾ ਸੀ, ਠੀਕ ਹੈ ਉਹਨਾਂ ਦਾ ਜੋ ਫੈਸਲਾ ਸੀ ਸਿਰ ਮੱਥੇ ਤੇ ਹੈ ਤਾਂ ਬਦਲਾਅ ਆਇਆ ਵੀ ਹੈ ਤੇ ਹੁਣ ਆਪਾਂ ਪਾਰਟੀ ਦੇ ਵਿੱਚ ਪਹਿਲਾਂ ਤੋਂ ਕਾਟੂ ਕਲੇਸ਼ ਚੱਲ ਰਿਹਾ ਸੀਗਾ, ਸੀਨੀਅਰ ਜਿਹੜੇ ਆਗੂ ਨੇ ਉਹ ਲਗਾਤਾਰ ਕਾਟੂ ਕਲੇਸ਼ ਦੇ ਵਿੱਚ ਸੀਗੇ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇੱਕ ਪੂਰਾ ਕਾਟੂ ਕਲੇਸ਼ ਜਿਹੜਾ ਹਾਰ ਦਾ ਵੱਡਾ ਕਾਰਨ ਬਣਿਆ, ਮੁੱਖ ਕਾਰਨ ਬਣਿਆ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ? ਦੇਖੋ ਕੁਛ ਨਾ ਕੁਛ ਤਾਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਉਹ ਅਸੀਂ ਆਪਣੀ ਪਾਰਟੀ ਦੇ ਨਾਲ ਡਿਸਕਸ ਕੀਤਾ, ਸਾਡੇ ਲੀਡਰ ਸਾਹਿਬਾਨ ਨਾਲ ਡਿਸਕਸ ਕੀਤਾ, ਤਾਂ ਉਹ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਅਗਰ ਕੋਈ ਗੱਲ ਸੀਗੀ ਤਾਂ ਹੀ ਤਾਂ ਫਿਰ ਨਵਜੋਤ ਸਿੰਘ ਸਰਕਾਰ ਨੇ ਪਾਰਟੀ ਛੱਡਣ ਦਾ ਮੁੱਖ ਕਾਰਨ ਸੀਗਾ ਕਿ ਭਗਵੰਤ ਮਾਨ ਨੂੰ CM ਚਿਹਰਾ ਨਹੀਂ ਐਲਾਨਿਆ, ਅੱਜ ਉਹ ਮੁੱਖ ਮੰਤਰੀ ਬਣ ਗਏ, ਰਿਗਰੈਟ ਤਾਂ ਮੈਂ ਉਹਨਾਂ ਨੂੰ ਵਧਾਈਆਂ ਦਿੰਦੀ ਹਾਂ, ਬਹੁਤ ਬਹੁਤ ਚੰਗੀ ਗੱਲ ਹੈ ਅਗਰ ਬਣੇ ਤਾਂ ਵਧਾਈਆਂ ਦਿੰਦੀ, ਕਿਉਂਕਿ ਦੇਖੋ ਜਿਹੜੇ ਉਹ ਮੁੱਖ ਮੰਤਰੀ ਬਣੇ ਹੈ ਨਾ ਉਹ ਲੋਕਾਂ ਦਾ ਫਤਵਾ ਹੈ ਤੇ ਲੋਕਾਂ ਦਾ ਫਤਵਾ ਹਮੇਸ਼ਾ ਸਿਰ ਮੱਥੇ ਤੇ ਰੱਖੇ, ਨਹੀਂ ਬਿਲਕੁਲ ਨਹੀਂ, ਦੇਖੋ ਮੈਂ ਬਹੁਤ ਸੋਚ ਸਮਝ ਕੇ, ਮੈਂ ਜ਼ਿੰਦਗੀ 'ਚ ਇਕੱਲੀ ਰਾਜਨੀਤੀ ਨਹੀਂ, ਜੋ ਵੀ ਫੈਸਲਾ ਲੈਂਦੀ ਹਾਂ ਮੈਂ ਬਹੁਤ ਸੋਚ ਸਮਝ ਕੇ ਲੈਂਦੀ ਹਾਂ, ਔਰ ਮੈਂ ਬਹੁਤ ਟਾਈਮ ਤੱਕ ਮੈਂ ਸੋਚਿਆ ਸੀ, ਮੇਰੀ ਵਿਚਾਰਕ ਲੜਾਈ ਸੀ, ਮੇਰੀ ਵਿਚਾਰਕ ਲੜਾਈ ਸੀ ਉਹਨਾਂ ਨਾਲ, ਕੁਛ ਸੀ ਗੱਲਬਾਤ, ਤਾਂ ਅਸੀਂ ਪੰਜਾਬ ਦੀ ਗੱਲ ਕਰਦੇ ਸੀ, ਉਹ ਪੰਜਾਬ ਦੀ ਗੱਲ ਨਹੀਂ ਕਰਦੇ ਸੀ, ਉਹ ਲੋਕਾਂ ਨੂੰ ਵੈਸੇ 3 ਦਿਨਾਂ 'ਚ ਪਤਾ ਲੱਗੀ ਜਾਂਦੀ ਹੈ, ਜਿਹੜੇ ਗੁੰਡਾਗਰਦੀ ਵਾਲਾ ਬਦਲਾਅ ਆਇਆ ਉਹ ਦਿਖ ਰਿਹਾ, ਨਗਰ ਕੌਂਸਲਾਂ ਦੇ ਕਬਜ਼ੇ ਹੋ ਰਹੇ ਆ, ਸਭ ਕੁਛ ਹੋਊਗਾ, ਤੁਹਾਡੇ ਸਾਹਮਣੇ ਹੋਊਗਾ, ਤੁਸੀਂ ਦੇਖਿਓ ਪੰਜਾਬ ਦੇ ਵਿੱਚ ਹੋਣਾ, ਤੁਸੀਂ ਦੇਖਿਓ ਜਿਹੜੀ ਬਦਲਾਅ ਦੀ ਉਹ ਗੱਲ ਕਰਦੇ ਸੀ ਕਿ ਪੰਜਾਬ ਨੂੰ ਬਿਹਤਰੀ ਵੱਲ ਨੂੰ ਤੋਰਾਂਗੇ, ਉਹ ਬਦਲਾਵ ਨਹੀਂ ਆਉਂਦਾ, ਤੁਸੀਂ ਦੇਖਿਓ ਪੰਜਾਬ ਦੇ ਉੱਤੇ ਦਿੱਲੀ ਕਿਵੇਂ ਹਾਵੀ ਹੁੰਦਾ, ਉਹ ਤੁਹਾਡੇ ਸਾਰਿਆਂ ਸਾਹਮਣੇ ਆਜੂਗਾ, ਪੰਜਾਬੀਆਂ ਸਾਹਮਣੇ ਵੀ ਆਜੂ ਜੋ ਸਾਡੀ ਲੜਾਈ ਸੀ। ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਪਾਰਟੀ ਦੇ ਵਿੱਚ, ਉਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਕਿਉਂਕਿ ਬਹੁਤ ਸਾਰੇ ਕਾਂਗਰਸੀ ਆਗੂ ਇਸ ਚੀਜ਼ 'ਚ ਸਮਰਥਨ ਵੀ ਦੇ ਰਹੇ ਨੇ? ਨਹੀਂ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਮੈਨੂੰ ਨਹੀਂ ਪਤਾ ਚੱਲਿਆ ਇਸ ਗੱਲ ਬਾਰੇ ਕੁਛ। ਪਾਰਟੀ ਲੀਡਰ ਜਿਹੜੇ ਵੱਡੇ ਲੀਡਰ ਖੁੱਲ ਕੇ ਬੋਲ ਰਹੇ ਨੇ, ਮੈਨੂੰ ਤਾਂ ਲੱਗਦਾ ਫਿਰ ਦੋ ਫਾੜ ਹੋ ਰਹੀ ਹੈ ਪਾਰਟੀ। ਦੇਖੋ ਜੋ ਵੀ ਗੱਲਾਂ ਹੁੰਦੀਆਂ ਨਾ, ਜੋ ਵੀ ਗੱਲਾਂ ਹੁੰਦੀਆਂ ਅੰਦਰ ਬੈਠ ਕੇ ਕਰ ਲੈਣੀਆਂ ਚਾਹੀਦੀਆਂ, ਅਗਰ ਆਪਾਂ ਮੀਡੀਆ 'ਚ ਬੋਲਾਂਗੇ ਤਾਂ ਨਾ ਤਾਂ ਮੀਡੀਆ ਨੇ ਸੋਲਵ ਆਊਟ ਕਰਨਾ, ਨਾ ਹੀ ਮੀਡੀਆ ਥਰੂ ਸੁਣਨ ਵਾਲੇ ਲੋਕਾਂ ਨੇ ਸਾਡੇ ਸਰੋਤਿਆਂ ਨੇ ਕਰਨਾ, ਉਹ ਆਪਾਂ ਅੰਦਰ ਬੈਠ ਕੇ ਕਰੀਏ ਤਾਂ ਚੰਗੀ ਗੱਲ ਹੈ, ਜੋ ਵੀ ਹੋਇਆ ਕੋਈ ਨਹੀਂ। ਕਿਤੇ ਮਹਿਸੂਸ ਨਹੀਂ, ਦੇਖੋ ਕਿਸੇ ਟਾਈਮ ਪਾਰਟੀ ਲਹਿਰ ਚੱਲੀ ਸੀ, ਕਿਤੇ ਨਾ ਕਿਤੇ ਲਹਿਰ ਦੀ ਆਵਾਜ਼ ਆ ਰਹੀ ਸੀ, ਆਮ ਆਦਮੀ ਪਾਰਟੀ ਲਗਾਤਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਸੀ, ਕਿਤੇ ਅੰਦਰੋਂ ਬੈਠੇ ਮਹਿਸੂਸ ਤਾਂ ਨਹੀਂ ਹੋਇਆ ਕਿ ਨਹੀਂ? ਬਿਲਕੁਲ ਵੀ ਨਹੀਂ, ਮੈਂ ਤੁਹਾਨੂੰ ਕਿਹਾ ਵੀ ਜਿੱਥੇ ਸਟੈਂਡ ਲੈ ਲਿਆ ਔਰ ਮੈਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ, ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਔਰ ਮੈਨੂੰ ਐਡਾ ਵੱਡਾ ਮਾਣ ਦਿੱਤਾ ਹੈ, ਜੇ ਨਾ ਵੀ ਟਿਕਟ ਦਿੰਦੇ ਤਾਂ ਮੈਂ ਕੀ ਕਰ ਲੈਂਦੀ, ਮੈਂ ਕੀ ਕਹਿ ਦਿੰਦੀ ਉਹਨਾਂ ਨੂੰ, ਫਿਰ ਵੀ ਮੈਨੂੰ ਮਾਣ ਦਿੱਤਾ ਆਮ ਆਦਮੀ ਪਾਰਟੀ 'ਚ ਆਈ ਸੀ ਮੈਂ। ਤੁਹਾਨੂੰ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਆ ਵੇਵ ਆਈ ਹੈ ਇਸ ਦਾ ਅਸਲ ਕਾਰਨ? ਲੋਕ ਬਸ ਚੇਂਜ ਜੀ, ਪੰਜ ਸਾਲਾਂ ਬਾਅਦ ਲੋਕ ਚੇਂਜ ਨਹੀਂ ਚਾਹੁੰਦੇ। ਦੇਖੋ ਇੱਕ ਪਿੰਡ ਦੀ ਮੈਂ ਵੀਡੀਓ ਮੈਂ ਚੋਣਾਂ ਤੋਂ ਪਹਿਲਾਂ ਨਹੀਂ ਦੇਖੀ ਸੀ, ਧੂਰੀ ਹਲਕੇ ਦੀ ਸੀਗੀ, ਉਹ ਮੈਂ 3-4 ਦਿਨ ਪਹਿਲਾਂ ਹੀ ਦੇਖੀ ਐਕਚੁਅਲੀ,
ਤਾਂ ਉੱਥੇ ਲੇਡੀਜ਼ ਨੂੰ ਤੁਹਾਡੇ ਵਾਂਗੂ ਹੀ ਕੋਈ ਜਰਨਲਿਸਟ ਸਾਹਿਬਾਨ ਪੁੱਛ ਰਹੇ ਸੀ ਵੀ ਇੱਥੇ ਕੀ ਗੱਲ, ਗੋਲਡੀ ਸਾਹਿਬ ਨੇ ਕੰਮ ਨਹੀਂ ਕੀਤਾ। ਕਹਿੰਦੇ ਕੰਮ ਤਾਂ ਐਂ ਤਾਂ ਕੀਤਾ, ਮਾੜਾ ਮੋਟਾ ਕੀਤੇ ਆ ਕੰਮ, ਪਰ ਕਹਿੰਦੇ ਵੀ ਅਸੀਂ ਇੱਕ ਵਾਰੀ ਝਾੜੂ ਨੂੰ ਦੇਖਣਾ ਚਾਹੁੰਦੇ ਵੀ ਉਹ ਕਿਹੋ ਜਿਹਾ ਕੰਮ ਕਰਦੇ, ਝਾੜੂ ਨੂੰ ਦੇਖਣਾ ਸੀ ਲੋਕਾਂ ਦੀ, ਇਹ ਵਾਰ ਸੀ ਬਦਲਾਵ, ਠੀਕ ਹੈ। ਕਹਿੰਦੇ ਜੇ ਉਹ ਵੀ ਨਹੀਂ ਕੰਮ ਕਰੂਗਾ, ਸਿੱਧਾ ਬੋਲਿਆ ਉਸ ਲੇਡੀ ਨੇ, ਉਹ ਹੁਣ ਵੀ ਹੈ ਵੀਡੀਓ 'ਚ, ਕਹਿੰਦੀ ਮੈਂ ਵੀ ਫਲਾਨੇ ਦੀ ਧੀ ਨਹੀਂ, ਜੇ ਉਹਨੂੰ ਪਿੰਡ 'ਚ ਵੜਨ ਦੇ ਦਾਂ ਜੇ ਉਹਨੇ ਝਾੜੂ ਵਾਲੇ ਨੇ ਵੀ ਨਹੀਂ ਕੰਮ ਕੀਤਾ। ਬਸ ਕਹਿੰਦੇ ਅਸੀਂ ਇੱਕ ਵਾਰੀ ਦੇਖਣਾ, ਬਸ ਲੋਕਾਂ ਦਾ ਮਾਇੰਡ ਸੈੱਟ ਹੀ ਹੋ ਗਿਆ ਵੀ ਝਾੜੂ। ਈਵਨ ਕੈਂਡੀਡੇਟਸ ਦਾ ਵੀ ਕਈਆਂ ਨੂੰ ਨਹੀਂ ਪਤਾ ਸੀ ਕੌਣ ਹੈ, ਤੁਹਾਨੂੰ ਵੀ ਈਵਨ ਨਹੀਂ ਪਤਾ ਹੋਣੇ, ਉਹ ਝਾੜੂ ਝਾੜੂ ਪ੍ਰੈਸ ਕਰਦੇ ਝਾੜੂ ਦੇ ਨਿਸ਼ਾਨ ਨੂੰ। ਤੁਸੀਂ ਝਾੜੂ ਨਾਲ ਲੈ ਕੇ ਆਏ ਹੋ, ਝਾੜੂ ਵਾਲਿਆਂ ਦੀ ਸਰਕਾਰ ਦੀ ਕਾਰਜਸ਼ਾਲੀ ਵੇਖੀ ਹੈ ਦਿੱਲੀ ਦੇ ਵਿੱਚ, ਲਗਾਤਾਰ ਬੈਕ ਟੂ ਬੈਕ ਉਹਨਾਂ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਉਹ ਕਹਿੰਦੇ ਆ ਅਸੀਂ ਪੰਜਾਬ ਦੇ ਵਿੱਚ ਵੀ ਉਹੀ ਮਾਡਲ ਲਾਗੂ ਕਰਾਂਗੇ ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਦਿੱਲੀ ਲੋਕ ਜਿਹੜੇ, ਦਿੱਲੀ ਇੱਕ ਛੋਟਾ ਛੋਟੀ ਸਟੇਟ ਹੈ, ਉੱਥੇ ਇਹ ਬਹੁਤ ਵੱਡਾ ਰਾਜ ਹੈ, ਅਤੇ ਇਹ ਤਾਂ ਅੱਗੇ ਦੇਖਾਂਗੇ ਨਾ, ਫਿਰ ਹੀ ਆਪਾਂ ਉਹਨਾਂ ਦਾ ਕ੍ਰਿਟਿਸਿਜ਼ਮ ਕਰਾਂਗੇ ਨਾ ਕਿੱਦਾਂ ਵਰਕ ਕਰਦੇ ਆ। ਦੇਖੋ ਆਪਾਂ ਪਹਿਲਾਂ ਹੀ ਉਹਨਾਂ ਬਾਰੇ ਕੁਛ ਕਹੀ ਜਾਈਏ, ਇਹ ਵੀ ਚੰਗੀ ਗੱਲ ਨਹੀਂ, ਪਰ ਇੱਕ ਮਿੰਟ, 3 ਦਿਨ ਹੋ ਗਏ ਜਿਹੜਾ ਬਦਲਾਵ ਆਇਆ, ਉਹ ਮੈਂ ਤਾਂ ਨਹੀਂ ਕੁਛ ਕਿਹਾ ਨਾ, ਉਹ ਲੋਕਾਂ ਸਾਹਮਣੇ ਆ ਰਿਹਾ। ਬਿਲਕੁਲ ਵੀ ਮੈਂ ਕਾਂਗਰਸ ਨਾਲ, ਹਾਂਜੀ ਚੰਗੀ ਗੱਲ ਹੈ, ਚਲੋ ਵਧਾਈਆਂ ਦਿੰਦੇ ਉਹਨਾਂ ਨੂੰ। ਨਹੀਂ ਮੈਂ ਤੁਹਾਨੂੰ ਦੱਸਤਾ ਜੀ, ਮੈਨੂੰ ਪਾਰਟੀ ਟਿਕਟ ਦੇਵੇ ਨਾ ਦੇਵੇ, ਕਾਂਗਰਸ ਨਾਲ ਸੀ ਹਾਂ ਤੇ ਮੈਂ ਖੜੀ ਰਹੂੰਗੀ ਕੁਛ ਵੀ ਹੋ ਜੇ। ਇੱਕ ਇਲਜ਼ਾਮ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨਾਂ ਤੇ ਲੱਗਦਾ ਕਿ ਪੈਸੇ ਲੈ ਕੇ ਟਿਕਟਾਂ ਦਿੱਤੀ ਗਈਆਂ, ਤੁਹਾਨੂੰ ਕਿਹੜਾ ਆਰੋਪ? ਦੇਖੋ ਮੇਰੇ ਤੋਂ ਤਾਂ ਪੈਸੇ ਨਹੀਂ ਲਈ, 1 ਰੁਪਿਆ ਵੀ ਨਹੀਂ ਲਿਆ ਮੇਰੇ ਤੋਂ, ਮੈਂ ਕਿਉਂ ਕਹੀ ਜਾਵਾਂ? ਮੇਰੇ ਤੋਂ ਤਾਂ ਕਿਸੇ ਨੇ ਨਹੀਂ ਲਿਆ, ਮੈਨੂੰ ਨਹੀਂ ਪਤਾ ਜਿਹੜੇ ਜਿਨ੍ਹਾਂ ਤੋਂ ਲਏ ਹੋਣੇ, ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਨੇ ਕਿੰਨਾ ਕਿੰਨਾ ਤੋਂ ਪੈਸੇ ਲਏ ਆ। ਤੁਹਾਨੂੰ ਲੱਗਦਾ ਲਏ ਹੋ ਵੀ ਸਕਦਾ, ਜੋ ਇਲਜ਼ਾਮ ਲਾ ਰਹੇ ਆ ਲੋਕ ਬਸ ਤੁਸੀਂ, ਤੁਹਾਡੇ ਸਾਹਮਣੇ ਆਜੂਗਾ ਕਿ ਰਾਜ ਕਿਹਦਾ ਹੋਊਗਾ ਪੰਜਾਬ ਦੇ ਉੱਤੇ, ਤੁਹਾਡੇ ਸਾਹਮਣੇ ਆਊਗਾ ਖੁਦ। ਤੁਸੀਂ ਦੇਖੋ ਰੁਪਿੰਦਰ ਕੌਰ ਰੂਬੀ ਇੱਥੇ ਸੀ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਸ ਬਦਲਾਵ ਦੀ ਗੱਲ ਕਰ ਰਹੀ ਸੀ, ਉਹ ਬਦਲਾਵ ਜਿਹੜਾ ਉਹ ਹੁਣ ਆਉਂਦਾ ਹੋਇਆ ਨਜ਼ਰ ਨਹੀਂ ਆਏਗਾ। ਔਰ ਜਿਸ ਢੰਗ ਦੇ ਨਾਲ ਰੁਪਿੰਦਰ ਕੌਰ ਰੂਬੀ ਹੁਣ ਇੱਥੋਂ ਜਾਂਦੇ ਵੀ ਨਜ਼ਰ ਆ ਰਹੇ ਨੇ, ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀਏ, ਕਈ ਸਵਾਲ ਇਹਨਾਂ ਨੇ ਵੀ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਨੂੰ ਲੈ ਕੇ। ਮੰਥਨ ਬੈਠਕ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਬੈਠਕ ਦੇ ਵਿੱਚ ਫੀਡਬੈਕ ਜਿਹੜੇ ਆਗੂ ਨੇ ਉਹ ਦਿੰਦੇ ਹੋਏ ਨਜ਼ਰ ਆ ਰਹੇ ਨੇ। ਵੇਖਣ ਵਾਲੀ ਗੱਲ ਰਹੇਗੀ ਇਨ ਫੀਡਬੈਕਾਂ ਦਾ ਜਿਹੜਾ ਅਸਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਨਜ਼ਰ ਆਉਂਦਾ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed, mobile 84374 94647 84374 94648।